Give a big hand for Evan Nawaz sir, please. और नवाज अंजम साहब के बेटे हैं, इनके लिए वाकई एक बड़ी बहुत बड़ी क्लैप होनी चाहिए क्योंकि बहुत बड़े बाप के बेटे। फिर क्लैप करेंगे। और ये मेरे लिए बड़ी एजाज की बात है कि इतने बड़े बड़े लोगों के सामने जो है वो मुझे परफॉर्म करने का मौका मिल रहा है। ये हमारे पाकिस्तान का बहुत बड़ा नाम है और हमें फख्र है इन सब पे। और आप लोगों की एक दफा जरा भरपूर तालियां हो जाए। और अच्छा, ये जगह थोड़े खाली कर दे, जो लोग भंगड़ा करना चाहते हो यहाँ पे आ जाएं ताकि हम लोग मिलके एंजॉय करें। कह रहे हैं साउंड है, आगा साहब ने किया है कि नहीं किया है? इन्होंने मैं किया भी सी बहुत इज्जत करेंगे, इन्होंने नहीं मानी, लेकिन क्या कहने भाई तेरी जो और इस साउंड वाले ने भी तेन किया होना, मैं इस दिन फर्क नहीं। ਇੱਥੇ ਕੋਈ ਗੱਲ ਨਹੀਂ ਹੋ ਰਹੀ, ਸਵੇਰ ਮੇਰੇ ਨਾਲ ਰਿਕਾਰਡਿੰਗ ਤੇ ਹੋਣੀ ਹੈ ਇਹਨਾਂ ਦੀ, ਸਹੀ ਤੇ ਮੈਂ ਡਰਿਆ ਵਾਂ। ਕਲੈਪ ਕਰੋ ਅਗਾ ਮਾਜੀ ਸਾਹਿਬ ਨੇ ਇੱਕ ਬਹੁਤ ਵੱਡੀ ਜੀ। ਜਿਸ ਦਿਨ ਸਰ ਨੇ ਕਿਹਾ ਹੋਣਾ ਨਾ ਕਿ ਇਸ ਦਿਨ ਮੇਰੇ ਘਰ ਫੰਕਸ਼ਨ ਹੈ, ਇਹਨੇ ਪਹਿਲੇ ਉਹਨੂੰ ਕਿਹਾ ਹੋਣਾ ਕਿ ਮੈਂ ਉਸ ਦਿਨ ਸਾਊਂਡ ਠੀਕ ਕਰਾਂ। ਔਰ ਇਹੋ ਜਿਹੇ ਸਾਊਂਡ ਵਾਲੇ ਦੇ ਬੁੱਲ ਪਾਟਾ ਹੋਵੇ, ਅੱਖਾਂ ਸੁਜੀਆਂ ਹੋਣ ਤੇ ਪੁੱਛਣ ਕੀ ਹੈ ਰਾਤੀ ਫੰਕਸ਼ਨ ਤੇ ਗਿਆ। ਇਹਨੂੰ ਕਹੀਏ ਨਾ ਭਾਈ ਕਿੱਥੋਂ ਲਿਆ, ਕਹਿੰਦਾ ਮੈਂ ਵੀ ਚੱਲਦਾ ਚਲਾਉਂਦਾ ਹੀ ਲਿਆ। ਔਰ ਇਹੋ ਜਿਹੇ ਸਾਊਂਡ ਵਾਲਾ ਕਹਿ ਰਹੇ ਯਾਰ ਮੇਰੀ ਮੌਤ ਦਾ ਐਲਾਨ ਮੇਰੇ ਸਾਊਂਡ ਚ ਨਾ ਦੂਰ ਤੱਕ ਸੁਣਾਈ ਨਹੀਂ ਦਿੰਦੀ। ਇਹੋ ਜਿਹੇ ਸਾਊਂਡ ਦੇ ਫੌਜੀ ਨੇ ਅਨਾਊਂਸਮੈਂਟ ਹੋਵੇ ਨਾ, ਇੱਕ ਸਾਫ਼ ਵੀ ਨਹੀਂ ਬਣਦੀ। ਇੱਦਾਂ ਦੇ ਸਾਊਂਡ ਦਾ ਐਲਾਨ ਕਰ ਲਓ ਕਿ ਦੂਜੇ ਮਹੱਲੇ ਵਾਲੇ ਨਹੀਂ ਆਉਂਦੇ ਲਾਗੋ ਹੀ। ਲਓ ਜੀ, ਮੈਂ ਟੀਵੀ ਤੇ ਸੁਣਿਆ ਸੀ ਸਾਊਂਡ ਦੇ ਐਵੇਂ ਕਾਂਬੇ ਟਾਂਗ ਰਹੇ ਹੈ। ਇਹ ਸਾਊਂਡ ਵਾਲੇ ਸ਼ਜਰ ਭਾਈ, ਇਹ ਸਾਊਂਡ ਗਾਣੇ ਵਾਲੇ ਹੈ ਹੀ ਨਹੀਂ ਗਾ। ਇਹ ਸਾਊਂਡ ਚ ਸਿਰਫ ਇਹ ਕਿਹਾ ਜਾ ਸਕਦਾ ਵੀ ਨਾ ਦੇਖ ਕਿਸੀ ਕੇ ਚਿਹਰੇ ਕੋ ਹਰ ਕੀ ਨਜ਼ਰ ਸੇ, ਹਰ ਚਿਹਰਾ ਕਿਸੀ ਕਾ ਮਹਿਬੂਬ ਹੋਤਾ ਹੈ, ਲੇਡੀਆਂ ਉੱਤੇ ਚਲੀਆਂ ਜਾ। ਤੁਸੀਂ ਇਹ ਵੇਖੋ ਨਾ ਜਿਹਨੂੰ ਇਹ ਬੁਰਾ ਕਹਿਣ ਡਿਆ ਉਹ ਕਿੱਦਾਂ ਬੁਰਾ ਹੈ। ਅੱਛਾ, ਇੱਦਾਂ ਦਾ ਖੁਸਰਾ ਅੰਦਰ ਨੱਚਦਾ ਹੁੰਦਾ ਤੇ ਉਹ ਕਹਿੰਦੇ ਬਾਜੀ ਦੀਆਂ ਦੋ ਸ਼ਜ਼ਾਨ ਭੇਜੋ।
ਇਹਨੇ ਪਤਾ ਕਿਉਂ ਸ਼ਜ਼ਾਨ ਦੀ ਗੱਲ ਕੀਤੀ? ਉਹ ਵੇਟਰ ਨੇ ਜਿਹੜੀ ਪੈਂਟ ਪਾਈ ਹੋਈ ਸੀ। ਅੱਛਾ ਇੱਦਾਂ ਦੇ ਖੁਸਰੇ ਨੂੰ ਗਾਣਾ ਗਾਉਣ ਹੀ ਨੀ ਦਿੰਦੇ, ਨਾ ਡਾਂਸ ਹੀ ਨੀ ਕਰਨ ਦਿੰਦੇ। ਸੋਹਣਾ ਮੇਰਾ ਮਾਹੀ, ਟਿਕਟਾਂ ਲਈ ਜਾਓ ਟਿਕਟਾਂ ਲਈ ਜਾਓ। ਸੋਹਣਾ ਮੇਰਾ ਮਾਹੀ ਤੇ ਸੋਹਣਾ ਮੇਰਾ ਦਿਲ, ਟਿਕਟਾਂ ਲਈ ਜਾਓ ਜੱਟੋ ਜ਼ਿਮੀਦਾਰੋ ਟਿਕਟਾਂ ਲਈ ਜਾਓ। ਸ਼ੇਰੇ ਬਬਰ ਮੌਤ ਕਾ ਖੂਹ, ਇਹਦਾ ਸਟੈਪ ਇੱਕ ਹੁਣ ਹੀ ਦਿੰਦਾ ਹੈ। ਔਰ ਅੱਲਾ ਜਾਣਦਾ ਗੋਗੇ ਵਰਗਾ ਖੁਸਰਾ ਹੋਵੇ ਨਾ, ਇਹਨੂੰ ਫਿਰ ਵੀ ਲਾਲ ਕੋ ਹੋਰ ਕੰਮ ਵੀ ਕਰਨਾ ਪੈਂਦਾ। ਅੱਛਾ ਸਾਰੇ ਖੁਸਰੇ ਨੱਚਦੇ ਹੋ ਨਾ, ਇਹੋ ਜਿਹਾ ਮੌਤ ਦੇ ਖੂਨ ਨੂੰ ਟੇਸਟ ਲਾ ਕੇ ਰੋ ਰਿਹਾ। ਪੁੱਛੋ ਕੀ ਹੈ, ਮੈਨੂੰ ਨੱਚਣ ਦਾ ਮੌਕਾ ਹੀ ਨਹੀਂ ਦਿੱਤਾ। ਅੱਛਾ ਸਰਦਾਰ ਸਾਹਿਬ ਦੀ ਉਮਰ ਦੇ ਖੁਸਰਿਆਂ ਦੇ ਨਾਲ ਨਾ ਐਂਡ ਤੇ ਲੱਗ ਜਾਂਦਾ ਵਾ, ਹਾਜੀ ਸਰਦਾਰ ਨੇਹਾ। ਜਾਣਦੇ ਹੈ ਸ਼ਜਰ ਹਮਾਰਾ ਭਾਈ ਹੈ ਛੋਟਾ, ਸ਼ਜਰ ਸੇ ਬੜਾ ਪਿਆਰ ਬੜੀ ਮੁਹੱਬਤ ਹੈ ਸ਼ਜਰ ਨਾਲ। ਤੋ ਜਿੱਡਾ ਤੇਰਾ ਵਜ਼ਨ ਹੈ ਸਾਈਕਲ ਤੈਨੂੰ ਚੜ੍ਹਨ ਦਿੰਦਾ? ਜਿੰਨੇ ਪੈਸੇ ਸਾਡੇ ਤੋਂ ਸੁੱਟਣ ਦੇ ਆ, ਪਾ ਕੇ ਸੌਂਡ ਹੀ ਸਹੀ ਲਵਾ ਲੈਂਦੇ। ਪਿੰਡਾਂ ਤੈਨੂੰ ਸਾਈਕਲ ਤੇ ਚੜ੍ਹਨ ਦਿੰਦੇ, ਮੈਨੂੰ ਇਹ ਖੁਸ਼ੀ ਹੋਈ ਸਾਈਕਲ ਵੀ ਬੋਲੀ ਹੈ। ਸਾਈਕਲ ਹੈਗੀ ਲੇਕਿਨ ਕਾਠੀ ਤੇ। ਔਰ ਹਸਪਤਾਲ ਜਾਓ ਨਾ, ਹਸਪਤਾਲ ਜਾਓ ਨਾ ਤੇ ਕਮਲ ਚੋਂ ਇਹੋ ਜਿਹਾ ਪੈਰ ਬਾਹਰ ਆਇਆ ਹੋਵੇ ਤੇ ਡਾਕਟਰ ਵੇਖਦੇ ਆ ਕਹਿੰਦੇ ਇਹਨੇ ਨਹੀਂ ਬਚਣਾ। ਛਾਪਾ ਝੂਠਾ ਨਾਸ਼ਤਾ ਕਰਕੇ ਤੇ ਹੋਟਲ ਵਾਲਿਆਂ ਨੂੰ ਕਹਿਣ ਡਿਆ ਤੁਹਾਡੇ ਚਣਿਆਂ ਚੋਂ ਗੱਲ ਨਹੀਂ ਗਈ ਹੁਣ। ਪੱਠੇ ਤੇ ਗਿਆ ਤੇ ਅੱਧਾ ਕਿਲੋ ਮਿੱਟੀ ਖਾ ਕੇ ਕਹਿੰਦਾ ਇਹਦੇ ਨਾਲ ਦੀ 1000 ਰੁਪਏ ਬਣਾ ਦੇ। ਪੱਠੇ ਤੇ ਮੈਂ ਗਿਆ, ਮੇਰਾ ਸੌਦਾ ਹੋ ਜਾਣਾ ਸੀ, ਵਿੱਚੋਂ ਠੀਕਰ ਇੱਟ ਨਿਕਲ ਗਿਆ ਜਿਹਦੀ ਨਾ ਸਿੱਧ ਦਾ ਪਤਾ ਨਾ ਭੁੱਖ ਦਾ ਪਤਾ। ਪੱਠੇ ਤੇ ਗਿਆ ਤੇ ਜਾ ਕੇ ਕਹਿੰਦਾ 1000 ਲੜਾਈ ਵਾਲੀ ਇੱਟ ਕਿਸੇ ਚੰਗੀ ਜਗ੍ਹਾ ਵੀ ਚਲਾ ਜਾ। ਅੱਗੇ ਪੱਠੇ ਤੇ ਜਾ ਕੇ ਕਹਿੰਦਾ ਚਿਮਣੀ ਵਰਗਾ ਸੇਲ ਹੋ ਗਿਆ। ਸ਼ਬਾਜ਼ ਸ਼ਰੀਫ ਹੈ ਤੇ ਵੈਸਟ ਇੰਡੀਜ਼ ਦਾ। ਅੱਛਾ ਸੜਕ ਤੋਂ ਆਂਡੇ ਚੁੱਕ ਰਹੇ ਆ, ਸੜਕ ਤੋਂ ਆਂਡੇ ਚੁੱਕ ਰਿਹਾ, ਮੈਂ ਕਿਹਾ ਨਾ ਚੁੱਕ ਸਦਕੇ ਦੇ ਤੇ ਸ਼ਰਮਿੰਦਾ ਨਹੀਂ ਆਇਆ? ਕਹਿੰਦਾ ਆਮਲੇਟ ਬਣਾ ਲਈ ਤੇ ਸਦਕਾ ਨਹੀਂ ਰਹਿੰਦਾ। ਮੈਂ ਸੜਕ ਤੋਂ ਆਂਡੇ ਚੁੱਕ ਰਿਹਾ, ਇਹਨੂੰ ਫਿਰ ਕੋਈ ਨਹੀਂ ਚੁੱਕਣ ਦੇਣਾ, ਕਹਿੰਦੇ ਆਪਣੇ ਇਲਾਕੇ ਚ ਚੁੱਕ। ਔਰ ਇਹੋ ਜਿਹਾ ਜੇਲ ਹਾਜ਼ਰ ਹੋ ਕੇ ਵੀ ਇਹ ਕਹਿ ਰਹੇ ਮੈਨੂੰ ਕਿਤੇ ਕੰਮ ਤੇ ਲਵਾ। ਔਰ ਕੋਈ ਰਹਿੰਦੀ ਹੋਵੇ ਮਿਹਰਬਾਨੀ, ਇਸ ਤੋਂ ਅੱਛਾ ਨਾ ਕਰੀ, ਬਸ ਇਹਦੀ ਅੱਛਾਈ ਇੰਨੀ ਕੁ ਰਹਿਣ ਦੇ। ਅੱਗੇ ਭਾਜੀ ਸਾਊਂਡ ਵੇਚ ਕੇ ਨਾ ਥੋੜੇ ਜਿਹੇ ਹੋਰ ਪੈਸੇ ਪਾ ਕੇ ਨਵਾਂ ਮੋਬਾਈਲ ਲੈ ਲਓ। ਅੱਗੇ ਕਿਸੇ ਦਾ ਫੋਨ ਹੀ ਆ ਜਾਂਦਾ ਸਾਊਂਡ ਚਾਹੀਦਾ। ਆਪ ਕੋ ਭੁੱਲ ਜਾਂ
आपसे क्या गिला करें, आपसे क्या गिला करें, आपसे कुछ गिला नहीं। शीशा दिल को तो हमसे ही भूल हो गई, हमको तो कुछ मिला जी। थैंक यू सो मच। नहीं नहीं पता की साड़ियां बेटियां की शादी है, वो मैं नाना भी हाँ दादा भी हाँ, मालिक इन्हों अपने घर के भाग लावे, सदा सलामत रहे, सवाए गमे हुसैन तो लाभ। मैं एक सताई अंतरा सुना देना कि मापिया के घरों जो धियां रुखसत होंदिया ने, बाप ने एक सवाल कर दिया धियां लई परदेस वे बाप ते पुत्रां लई जागीरे, चुप रहना ते कुछ ना कहना, ये धियां दी तकदीरे, लिखिया नसीबां दियां चोली विच पै गईयां, बाब मेरिया गुडियां तेरे घर रह गईयां, है बाब मेरिया गुडियां तेरे घर रह गईयां, रज के तू रो ले माए अज जिन्ना रोना नी, खरे तेरे देश मुड़ आउना के नहीं आउना, रज के तू रो ले माए अज जिन्ना रोना नी, खरे तेरे देश मुड़ आउना के नहीं आउना नी, वीरां दा विछोड़ा मैं ते दिल उत्ते सह गईयां, बाबू मेरिया गुडियां तेरे घर रह गईयां, है बाबू मेरिया गुडियां तेरे घर रह गईयां। थैंक यू जी। सजा मेरी दुआ है जी, पाक साथियों का सत्कार, इन्हें बच्चे देना सुने नसीब करो, बड़ा सोना सुनाया जी, बाबू मेरी गुडियां तेरे घर रह गई, धीए इंदी वजह कहते बाबू मेरी सिम्मा तेरे घर रह गई। अच्छा किया सरदार साहब ने कि जरा ट्रांस मोड़ दिता, सारे असी सलीम अलबेला साहब ने काफ़ी दूर, और मैं जो पंडाल च बढ़िया ना, मैं सब तो ज़्यादा जी कमी महसूस हुई वो सहर अब्बास साहब की, क्योंकि वो सच्ची मुची मेरे बड़े भरा सन, और मेरा बेटा है तो मेरा दोस्त भी है, जखीरा दोस्त भी है, बहुत अच्छा ट्रांस तोड़िया तुम, वाकई अखा चू आ गए पहला अपने घर का फंक्शन है, इतने अभी सची मुची आगा साहब ने वेख्या एक्टर बन के नहीं आए, तो अल्लाह पंचम पाक पाक सही अदा सलामुल्लाह लै मालका खालका मेरा बच्चिया के नसीब बच्चे करें, और इस घर से क्योंकि मेरा घर है सदा खुशियां रवे, और जेड़ा महीना जा रहा है अज साडे शहजादा कासम दे दिन है, उन्होंने वलादत का दिन है, हर महीना किसी ना मनसूब है, सलमान फारसी सरकार ने पूछा कि सरकार रमजान, सरकार ने कहा कि
मेरे अल्लाह का महीना है। तो सलमान फारसी ने कहा शबान तो मुहम्मद मुस्तफा सल्लल्लाहु अलैहि वसल्लम मालिक कायनात मुहम्मद अरबी ने कहा कि शबान अहले बैत दे घर दा और मेरा जाती महीना है। इतना खुशी वाला महीना है। तो इस महीने के सदके साढ़े घर से जिन्हें असं हस रहे हैं सारा साल ही शबान हो जाए। बहुत शुक्रिया। ਤੁਸੀਂ ਵੀ ਆਪਣੇ ਮਜ਼ਹਬ ਦੇ ਹਿਸਾਬ ਨਾਲ ਕੋਈ ਗੱਲ ਕਰੋ। ਲਓ ਜੀ ਮੈਂ ਤਾਂ ਮਜ਼ਹਬ ਪਛਾਣ ਲਿਆ, ਇਹ ਮੰਗੋਲ ਢਾੜੀ ਹੈ। ਕੀ ਗੱਲ ਤੁਹਾਨੂੰ ਸੀ ਪੈਕ ਸੀ ਪੈਕ ਜੋ ਲੋਕ ਨਹੀਂ ਖਾਣ ਦਿੰਦੇ। ਗੋਗਾ ਬੜਾ ਅੱਛਾ ਫਨਕਾਰ ਹੈ ਯਾਰ, ਬਹੁਤ ਵੱਡਾ ਫਨਕਾਰ, ਬੜਾ ਅੱਛਾ ਇਜ਼ਾਫਾ ਹੋਇਆ ਪਾਕਿਸਤਾਨ 'ਚ ਇੱਕ ਫਨਕਾਰ ਦਾ। ਦੇਖੋ ਹੁਣ ਕਿੰਨੀ ਕੁ ਦਿਨ ਸਾਡੇ 'ਚ ਰਹਿੰਦਾ, ਕਿੰਨੀ ਕੁ ਦੇਰ। ਅੱਲਾ ਜ਼ਿੰਦਗੀ ਦੇ ਗੋਗੇ ਨੂੰ। ਇਹੋ ਜਿਹਾ ਬੰਦਾ ਸ਼ਮਸ਼ਾਨ ਘਾਟ 'ਚ ਸਵਾਹ ਚੋਰੀ ਕਰਦਾ ਫੜਿਆ। माशाल्लाह बड़ा अच्छा फंक्शन है जी, मुबारक होवे। डेरा कटा के साउंड वधा लेंदे ते इहदे नाल भी ज्यादा अच्छा हो जाए। अच्छा गोगे वैसे माइक तेरे ना कलर ने बड़ा मैच किया, घर च सारे काले काले, घर के बाहर लाया व्हाइट हाउस। अच्छा गोगे गोगे छोटा जा सवाल है भरा साडा, अगर तेरी अखां के सामने पानी गर्म करिए ना लेगा। पिस्तौल लगती है फिर एक तारी ला लें। और यह जो बंदे ने चलते पानी उत्ते हाथ रख के कसम चुकी थी मौला जिदन ना मौत मौत दे। माशाल्लाह जी मालिक सलामत रखे जी। गोगे नू एक बंदा ते गन पॉइंट ते नलके ते लै गया फिर नहीं ना था। लो जी सच्ची मुची मैं तुहाडे नाल वाकिया तुसीं मेरे घर दे जी सारे जाणदे हो। मैं ना अपनी बीवी नू कहा, मैं कहा मैं दावत कीती है गोगे पसोरी दी, मैनू लै गया। बच्चे कहन जी गोगे नू मिलाओ, मैं बच्चियां नू मिलाया। ਤੁਹਾਡੀ ਭਰਜਾਈ ਬਾਹਰ ਆਈ, ਮੈਂ ਮੁਲਾਇਆ ਉਹਨੂੰ ਵੇਖ ਕੇ ਕਹਿੰਦੀ ਹਾਂ ਮੈਂ ਤੇ ਕਸਟਰ ਬਣਾ ਬੈਠੀ। ਆਪ ਇਹਨਾ ਬੋਰੇ 'ਚ ਨਾ ਕਾਗਜ਼ ਇਕੱਠੇ ਕਰਦਾ ਵਾ ਤੇ ਬੋਰੇ ਦੇ ਪਿੱਛੇ ਲਿਖਾਇਆ ਹਮਾਰੀ ਔਰ ਕੋਈ ਬਰਾਂਚ ਨਹੀਂ। एक्सीडेंट होया ग्यारह बाई वाले ने बिच पा लिया, सायरन कहिंदा बंद करो नरगस के गाने लाओ मेरे जख्मां नूं आराम आउंदा। साले तू कंजरां दा मुंडा नाश कढ के मुंडे कर पिछले दिन गोगे च ना जिन बन गया सी, खिंच के नहर ते लै के कहिंदा तू भी नहा दे मैं भी नहा। No!
और गोगे दे घर डाकू आए लुट के कख नहीं खड़िया सिर्फ क्रीमा लेके दे गए रंग चढ़ा गंजे बंदे दी की जिंदगी गंजा बंदा जा रहे हो लगता हूं कुलां दी रोटी खा के घर आलियां नूं कहण दिया तो जी बहुत अफसोस होया जर्दे की जगह ते कस्टर्ड हुंदा ते अफसोस दा होर मजा आना सालिया साडा प्यो मरिया तेनू कस्टर्ड सुझण दिया गली च कुत्ता मरिया ते नक्क फड़ के उहदे कोल बैठ गए कुत्ता उठ के बह गया कहना गोगे तेरी बोल ना ते मैं मरी वैसे कुत्ता तू कोलों पाया है तू ही सी शुक्र है दोवे भरावां दी नसल फड़ी गई फिर गोगे अपने नैन नक्श उच्चे करा पैसे काफी आ गए गंजे बंदे दी अजीब जिंदगी है पता नहीं मुंह कित्थों तिकर धोना आ मुंडा इन्ना धोंदा इन्ना धोंदा प्यो की कबर च नींबू सुटन डाया मैं क्या की गल कहिंदा अब्बा जी नूं शिकंजवी बहुत पसंद सी बाकी छावां कित्थों लैणी आ उहनूं उधर बहुत अरसे बाद अच्छी रोटी लगती